ਅਤੇ ਰੈਂਟ ਦਾ ਕੀ ਖਰਚਾ ਇੱਥੇ? ਪਹਿਲਾਂ ਮੈਂ ਰਹਿੰਦਾ ਪਿੰਡ ਦੇ ਵਿੱਚ ਅਤੇ ਇੱਥੇ ਖਰਚਾ ਘੱਟ ਆ, ਇੱਥੇ ਮੇਰੇ ਘਰ ਦਾ ਕਿਰਾਇਆ, ਰੈਂਟ ਤੋਂ ਬਾਅਦ ਆ ਜਾਂਦਾ ਹੈਗਾ ਆ ਪਾਣੀ ਦਾ ਬਿੱਲ, ਗੈਸ ਦਾ ਬਿੱਲ ਅਤੇ ਬਿਜਲੀ ਦਾ ਬਿੱਲ ਦਾ। ਬਿਜਲੀ ਦਾ ਬਿੱਲ ਆਇਆ ਆ ਮੇਰਾ, ਆਇਆ ਹੈਗਾ ਗੈਸ ਦਾ ਬਿੱਲ। ਹੇਅਰ ਕਟਿੰਗ ਕਰਾਉਣੀ ਹੈਗੀ ਆ, ਜੇ ਤਾਂ ਤੁਸੀਂ ਨੋਰਮ ਵਧੀਆ ਕਰਾਉਣੀ ਹੈਗੀ ਆ, ਇਹਦੀਆਂ ਸਾਰੀਆਂ ਲੱਗਦੀਆਂ, ਬੋਲੀਵੁੱਡ, ਪੰਜਾਬੀ ਸਾਰੀਆਂ ਮੂਵੀ ਲੱਗਦੀਆਂ ਇੱਥੇ। ਬਾਕੀ ਹੁਣ ਫਿਰ ਬਾਕੀ ਕਰਾਂਗੇ ਮੋਬਾਈਲ ਦੇ ਪਲਾਨ ਦੀ ਗੱਲ। ਮੋਬਾਈਲ ਇੱਕ ਬੰਦੇ ਦਾ ਖਰਚਾ ਹੈਗਾ ਆ। ਹਾਂਜੀ, ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦਾ ਪੰਜਾਬੀ ਵਲੋਗਸ ਦੇ ਵਿੱਚ, ਅਤੇ ਮੇਰਾ ਨਾਮ ਆ ਗੌਰਵ ਅਤੇ ਅਸੀਂ ਰਹਿੰਦੇ ਹਾਂ ਇਟਲੀ। ਅਤੇ ਅੱਜ ਦੀ ਸਾਡੀ ਵੀਡੀਓ ਹੈਗੀ ਕੋਸਟ ਆਫ ਲੀਵਿੰਗ ਦੇ ਉੱਤੇ, ਵੀ ਕਿੰਨਾ ਹਿਸਾਬ ਕਿਤਾਬ ਆ ਇੱਥੇ। ਪੰਜਾਬੀ ਦੇ ਵਿੱਚ ਦੱਸੀਏ ਵੀ ਕੀ ਲੱਗ ਭੱਗ, ਜੇ ਆਪਣਾ ਬੰਦਾ ਰਹਿੰਦੇ ਇੱਥੇ, ਫੈਮਿਲੀ ਰਹਿੰਦੀ, ਤਾਂ ਕਿੰਨਾ ਖਰਚਾ ਹੁੰਦਾ ਜਾਂ ਕੀ ਹਿਸਾਬ ਕਿਤਾਬ ਹੈ ਇੱਥੇ ਇਟਲੀ ਦਾ, ਵੀ ਉਹ ਦੱਸਾਂਗੇ। ਰੈਂਟ ਦੱਸਾਂਗੇ, ਮੋਬਾਈਲ ਦਾ ਖਰਚਾ ਦੱਸਾਂਗੇ, ਘਰ ਦਾ ਵਾਈਫਾਈ ਦਾ ਦੱਸਾਂਗੇ, ਬਿਜਲੀ ਦਾ ਬਿੱਲ ਦੱਸਾਂਗੇ, ਗੈਸ ਦਾ ਬਿੱਲ ਦੱਸਾਂਗੇ, ਪਾਣੀ ਦਾ ਬਿੱਲ ਦੱਸਾਂਗੇ, ਬਾਲ ਬੁਲ ਕਟਾਉਣ ਦੇ ਕਿੰਨੇ ਪੈਸੇ ਉਹ ਲੱਗਦੇ ਆ, ਅਤੇ ਹੋਰ ਕੀ ਹੁੰਦਾ ਆ ਇੱਥੇ, ਵੀ ਗੱਡੀ ਗੁੱਡੀ ਦਾ ਕਿੰਨਾ ਖਰਚਾ ਆ, ਅਤੇ ਖਾਣ ਪੀਣ ਦਾ ਕਿੰਨਾ ਖਰਚਾ ਆ, ਅਤੇ ਨੋਨ ਵੈਜ ਵੈਜ ਦਾ ਕੀ ਸਿਸਟਮ ਆ ਇੱਥੇ, ਅਤੇ ਜੇ ਬਾਹਰ ਜਾਣ ਖਾਣ ਬਾਹਰ ਖਾਣ ਜਾਂਦੇ ਹਾਂ ਉਹਦਾ ਕੀ ਖਰਚਾ ਆ, ਇਹੀ ਕੁਝ ਦੱਸਾਂਗੇ ਅਸੀਂ। ਵਧੀਆ ਲੱਗੂ ਵੀਡੀਓ ਤਾਂ ਲਾਈਕ ਕਰ ਦਿਓ, ਅਤੇ ਕਮੈਂਟ ਕਰਕੇ ਦੱਸਿਓ ਜੇ ਕੋਈ ਵੀਡੀਓ ਬਾਰੇ ਕੁਛ ਪੁੱਛਣਾ ਆ, ਉਹ ਵੀ ਆਪਾਂ ਦੱਸਾਂਗੇ। ਪਹਿਲਾਂ ਤੁਸੀਂ ਵੀਡੀਓ ਦੇਖ ਚੁੱਕੇ ਹਾਂ ਜਿਹਦੇ ਉੱਤੇ ਮੈਂ ਆਪਣਾ ਇੱਥੇ ਗਰੋਸਰੀ ਦੇ ਉੱਤੇ ਵਲੌਗ ਪਾਇਆ ਸੀਗਾ, ਅਤੇ ਉਹਦੇ ਵਿੱਚ ਜਿੰਨਾ ਕੁ ਖਰਚਾ ਆਇਆ ਹੈਗਾ ਤੁਸੀਂ ਉਹ ਪੁਰਾਣੀ ਪਹਿਲਾਂ ਵੀਡੀਓ ਦੇਖ ਲਓ, ਵੀ ਖਾਣ ਪੀਣ ਦਾ ਕਿੰਨਾ ਖਰਚਾ ਹੁੰਦਾ ਹੈ, ਕਿਉਂਕਿ ਤੁਹਾਨੂੰ ਅੱਗੇ ਫਿਰ ਇਹੀ ਪਤਾ ਲੱਗੂਗਾ ਵੀ ਇੱਥੇ ਜਿੰਨਾ ਬਾਕੀ ਜਿਹੜਾ ਖਰਚਾ ਆ ਉਹ ਕਿੱਦਾਂ ਹੈਗਾ, ਹੈ ਨਾ। ਚਲੋ ਹੁਣ ਆਪਾਂ ਪਹਿਲਾਂ ਗੱਲ ਕਰਦੇ ਰੈਂਟ ਦੇ ਉੱਤੇ, ਵੀ ਇੱਥੇ ਖਾਣ ਰਹਿਣ ਦਾ ਕਿੰਨਾ ਕਿਰਾਇਆ ਆ, ਠੀਕ ਆ। ਜਦੋਂ ਆਪਣਾ ਘਰ ਲੈਂਦੇ ਉਹ ਵੱਖਰੀ ਗੱਲ ਆ, ਉਹਦਾ ਫਿਰ ਕਿਸ਼ਤਾਂ ਬਣ ਜਾਂਦੀਆਂ 20-30 ਸਾਲ ਦੀਆਂ, ਅਤੇ ਉਹਦਾ ਜੇ ਖਰਚਾ ਬਣਦੇ, ਜਦੋਂ ਆਪਣਾ ਘਰ ਲੈਂਦੇ ਉਹ ਵੱਖਰੀ ਗੱਲ ਆ, ਅਤੇ ਰੈਂਟ ਦਾ ਪਹਿਲਾਂ ਜਿਹੜੇ ਨਵੇਂ ਬੰਦੇ ਆ ਰਹੇ ਉਹ ਰੈਂਟ 'ਤੇ ਰਹਿਣਗੇ ਸਿੱਧਾ, ਹੈ ਨਾ। ਅਤੇ ਰੈਂਟ ਦਾ ਕੀ ਖਰਚਾ ਇੱਥੇ? ਰੈਂਟ ਦਾ ਇੱਥੇ ਡਿਪੈਂਡ ਆ ਲੋਕੇਸ਼ਨ ਦੇ ਹਿਸਾਬ ਨਾਲ, ਜਿੱਦਾਂ ਜੇ ਤਾਂ ਤੁਸੀਂ ਸ਼ਹਿਰ 'ਚ ਰਹਿਣਾ ਆ, ਸ਼ਹਿਰ 'ਚ ਫਿਰ ਕਿਰਾਏ ਜ਼ਿਆਦਾ ਆ, 500 ਯੂਰੋ ਕਿਰਾਇਆ ਆ, ਜਿੱਥੇ ਇੱਕੋ ਹੀ ਕਮਰਾ, ਇੱਕੋ ਹੀ ਸਾਲਾ, ਜਿੱਦੋਂ ਆਪਾਂ ਡਾਇਨਿੰਗ ਰੂਮ ਕਹਿ ਦਿੰਦੇ ਹੈਗਾ ਆ। ਪਰ ਆਪਾਂ ਮੈਂ ਆਪਣੀ ਗੱਲ ਕਰੂੰਗਾ ਪਹਿਲਾਂ, ਮੈਂ ਰਹਿੰਦਾ ਪਿੰਡ ਦੇ ਵਿੱਚ, ਅਤੇ ਇੱਥੇ ਖਰਚਾ ਘੱਟ ਆ, ਇੱਥੇ ਮੇਰੇ ਘਰ ਦਾ ਕਿਰਾਇਆ ਹੈਗਾ 350 ਯੂਰੋ, ਠੀਕ ਆ ਨਾ। ਅਤੇ ਇੱਕ ਕੋਂਟਰੈਕਟ ਹੁੰਦਾ ਆ, 350 ਯੂਰੋ ਘਰ ਦਾ ਕਿਰਾਇਆ, ਮੈਂ 3 ਕਿਰਾਏ ਪਹਿਲਾਂ ਦਿੱਤੇ ਆ, 100 ਯੂਰੋ ਮੈਂ ਪਹਿਲਾਂ 3 ਕਿਰਾਏ ਦੇਣੇ ਪੈਂਦੇ, ਜੋ ਚੌਥਾ ਕਿਰਾਇਆ ਚੱਲਦਾ ਹੋਣਾ ਚਾਹੀਦਾ ਇੱਥੇ। ਇੱਥੇ ਆਹ ਸਿਸਟਮ ਆ ਜੇ ਤੁਸੀਂ ਕਿਰਾਏ ਦੇ ਉੱਤੇ ਘਰ ਲੈਣਾ ਆ, ਠੀਕ ਆ। ਅਤੇ ਮੇਰਾ ਘਰ ਦਾ ਕਿਰਾਇਆ ਹੈਗਾ 350। ਜੇ ਤੁਸੀਂ ਹੋਰ ਪਿੰਡ ਇਲਾਕੇ ਜਾਓਗੇ ਜਿੱਥੇ ਕੁਛ ਫੈਸਿਲਿਟੀਆਂ ਨਹੀਂ ਹੈਗੀਆਂ, ਜਿੱਥੇ ਮੈਂ ਰਹਿੰਦਾ ਉੱਥੇ ਫੈਸਿਲਿਟੀ ਆ, ਸਕੂਲ ਆ ਇੱਥੇ, 5ਵੀਂ ਤੱਕ ਸਕੂਲ ਵੀ ਹੈਗੇ ਆ, ਅਤੇ 10ਵੀਂ 11ਵੀਂ ਤੱਕ ਵੀ ਸਕੂਲ ਹੈਗੇ ਆ ਇੱਥੋਂ ਦੀ, ਮਤਲਬ ਕਿ ਇੱਥੇ ਰੈਸਟੋਰੈਂਟ ਵੀ ਹੈਗੇ ਆ, ਇਟਾਲੀਅਨ ਰੈਸਟੋਰੈਂਟ ਵੀ ਹੈਗਾ ਆ, ਇੰਡੀਅਨ ਨਹੀਂ ਹੈਗਾ। ਅਤੇ ਇੱਥੇ ਬਾਲ ਬੂਲ ਕਟਾਉਣ 'ਤੇ ਅਤੇ ਇੰਡੀਅਨ ਸਟੋਰ ਵੀ ਹੈਗਾ। ਫਿਰ ਜੇ ਤੁਸੀਂ ਆਹ ਫੈਸਿਲਿਟੀ ਲੈਣੀ ਆ, ਇੱਥੇ 350 ਰੁਪਈਆ ਕਿਰਾਇਆ ਘਰ ਦਾ, ਇੱਥੇ ਜਿਹੜਾ ਹਿਸਾਬ ਕਿਤਾਬ ਹੈਗਾ ਆ ਜਿੱਦਾਂ ਘਰ ਦਾ, ਅਤੇ ਤੁਸੀਂ ਥੋੜ੍ਹਾ ਵਧੀਆ ਘਰ ਲੈਣਾ ਫਿਰ 450-450 ਰੁਪਈਏ 'ਤੇ ਆ ਜਾਂਦਾ। ਅਤੇ ਫਿਰ ਘਰ ਦੇ ਵਿੱਚ ਤੁਸੀਂ TV ਵੀ ਰੱਖਣਾ ਆ, ਸੋਫਾ ਲੈਣਾ, ਉਹ ਵੱਖਰਾ ਗੱਲ ਆ, ਤੁਸੀਂ ਨਵਾਂ ਰੱਖਣਾ ਕਿ ਪੁਰਾਣਾ ਰੱਖਣਾ ਉਹ ਅਲੱਗ ਮੈਟਰ ਆ ਜਾਂਦਾ, ਹੈ ਨਾ। ਪਰ ਘਰ ਦਾ ਕਿਰਾਏ ਦੀ ਮੈਂ ਤੁਹਾਨੂੰ ਦੱਸਣ ਡਿਆ, ਇੱਥੇ ਘਰ ਦਾ ਕਿਰਾਇਆ 350 ਤੋਂ ਲੈ ਕੇ 400 ਯੂਰੋ ਤੱਕ ਨੋਰਮਲ, ਮਤਲਬ ਵਧੀਆ ਘਰ, ਠੀਕ ਠਾਕ ਰਹਿਣ ਵਾਲਾ ਫੈਮਿਲੀ ਵਾਲਾ ਘਰ ਆ ਜਾਂਦਾ ਆ। ਆ ਜਾਂਦਾ ਹੈਗਾ ਆ ਪਾਣੀ ਦਾ ਬਿੱਲ, ਗੈਸ ਦਾ ਬਿੱਲ ਅਤੇ ਬਿਜਲੀ ਦਾ ਬਿੱਲ। ਮੇਰਾ ਇਸ ਵਾਰੀ ਜੁਲਾਈ ਮਹੀਨੇ ਦਾ, ਜੂਨ, ਇਸ 2 ਮਹੀਨੇ ਦਾ ਬਿੱਲ ਆਉਂਦਾ, ਜੂਨ ਅਤੇ ਜੁਲਾਈ ਦਾ ਬਿੱਲ ਆਇਆ ਗਰਮੀਆਂ ਦਾ, ਬਿਜਲੀ ਦਾ ਬਿੱਲ ਆਇਆ ਆ 82 ਯੂਰੋ, 82 ਆਇਆ ਕਿ 88, 80-90 ਰੁਪਈਆ ਆ ਜਾਂਦਾ ਨੋਰਮਲ। ਅਤੇ ਬਾਕੀ ਜੇ ਫੈਮਿਲੀ ਦੀ ਗੱਲ ਕਰੋ ਫਿਰ 100-200 ਯੂਰੋ ਚੱਲ ਜਾਂਦਾ, ਕਿਉਂਕਿ ਫੈਮਿਲੀ ਦਾ ਇੱਦਾਂ ਆ, ਦੋ ਤਿੰਨ ਫਿਰ ਮੇਰੇ ਘਰ 'ਚ ਇੱਕੋ ਹੀ TV ਆ, ਫਿਰ ਜਿੰਨੇ ਕਮਰੇ ਹੋਊਗੇ, ਫਿਰ ਫੈਮਿਲੀ 'ਚ ਜਿੰਨੇ ਜਾਣੇ ਰਹੋਗੇ, ਨਿਆਣਿਆਂ ਦਾ ਫਿਰ ਅਲੱਗ TV ਹੋਊਗਾ, ਨਿਆਣਿਆਂ 'ਤੇ ਅਲੱਗ ਬੱਤੀ ਜਗਾਉਣੀ ਆ। ਮੇਰੇ ਘਰ 'ਚ ਮੈਂ ਇਕੱਲਾ ਰਹਿੰਦਾ, ਫਿਰ ਮੈਂ ਇਕੱਲੇ ਨੇ ਬੱਤੀ ਜਗਾਉਣੀ ਆ। ਫਿਰ ਜਦੋਂ ਫਿਰ ਮੈਂ ਕੰਮ 'ਤੇ ਚੱਲ ਜਾਂਦਾ, ਸਾਰਾ ਦਿਨ ਬੱਤੀ ਬੰਦ ਰਹਿੰਦੀ ਆ, ਕੋਈ TV ਨਹੀਂ ਚਲਾਉਂਦਾ, ਕੋਈ ਕੁਛ ਨਹੀਂ ਚਲਾਉਂਦਾ। ਫਿਰ ਜੋ ਫੈਮਿਲੀ ਦਾ ਇੱਦਾਂ ਆ, ਫਿਰ ਜਦੋਂ ਮੈਂ ਕੰਮ 'ਤੇ ਚੱਲ ਜਾਣਾ, ਪਿੱਛੇ ਤਾਂ ਫਿਰ ਉਹਨਾਂ ਨੇ ਤਾਂ ਕੱਪੜੇ ਧੋਣੇ ਹੀ ਆ, ਫਿਰ ਮੇਰੇ ਕੱਪੜੇ ਧੋਣ ਦਾ ਵੀ ਮੈਂ ਵੀਕਐਂਡ 'ਤੇ ਇੱਕ ਵਾਰੀ ਕੱਪੜੇ ਧੋਣਾ ਆ। ਫਿਰ ਫੈਮਿਲੀ ਦਾ ਇੱਦਾਂ ਵੀ ਉਹਨਾਂ ਨੇ ਕੱਪੜੇ ਵੀ, ਜਿੱਦਾਂ ਨਿਆਣਾ ਹੋਊਗਾ ਉਹਨਾਂ ਦੇ, ਫਿਰ ਤੁਹਾਨੂੰ ਪਤਾ ਬੱਚਿਆਂ ਦੇ ਜਿਹੜਾ ਕੱਪੜੇ ਵੀ ਧੋਣੇ ਹੈਗੇ ਆ, ਫਿਰ ਨਿਆਣਿਆਂ ਨੇ ਉਹਨਾਂ ਨੇ ਨਹਾਉਣਾ ਵੀ ਆ, ਜਿੱਥੇ ਇੱਥੇ ਫਿਰ ਬੱਤੀਆਂ ਵੀ ਜਗਾਉਣੀਆਂ। ਫਿਰ ਇੱਥੇ ਜਿਹੜਾ ਗੀਜ਼ਰ ਚੱਲਦਾ ਇੱਕੋ ਹੀ ਘਰ ਦੇ ਵਿੱਚ, ਇੱਕ ਗੀਜ਼ਰ ਹੁੰਦਾ ਆ, ਉਹਦੇ ਨਾਲ ਹੀ ਪਾਣੀ ਗਰਮ ਹੋਣਾ ਆ, ਉਹਦੇ ਨਾਲ ਹੀ ਘਰ ਦਾ ਘਰ ਗਰਮ ਹੋਣਾ ਆ, ਅਤੇ ਫਿਰ ਸਾਰਾ ਬਿਜਲੀ ਦਾ ਪੱਖਾ ਚੱਲਣਾ ਆ, AC ਚੱਲਣਾ ਆ ਗਰਮੀਆਂ ਨੂੰ, ਉਹਦਾ ਫਿਰ ਤੁਹਾਨੂੰ ਪਤਾ ਇੰਨਾ ਖਰਚਾ ਆ। ਮੇਰੇ ਘਰ AC ਵੀ ਹੈਗਾ ਆ, TV ਹੈਗਾ ਆ, ਅਤੇ ਪੱਖਾ ਹੈਗਾ, ਮੇਰਾ ਇੱਕੋ ਹੀ ਪੱਖਾ ਚੱਲਦਾ, ਵੀ ਜਿੰਨੇ ਕਮਰੇ ਹੋ ਗਏ ਉਹਨੇ ਪੱਖੇ ਵੀ ਚੱਲਣੇ, ਜਾਂ AC ਹੋਊਗਾ ਉਹ ਵੀ AC ਵੀ ਚੱਲਣਾ, ਹੈ ਨਾ। ਫਿਰ ਉਹ ਖਰਚਾ 200 ਯੂਰੋ ਚੱਲ ਜਾਂਦਾ ਆ ਵੀ ਫੈਮਿਲੀ ਦਾ। ਅਤੇ ਜੇ ਗੈਸ ਦੀ ਗੱਲ ਕਰੀਏ, ਮੇਰੇ ਗੈਸ ਦਾ ਬਿੱਲ ਘੱਟ ਆਇਆ, ਕਿਉਂਕਿ ਮੈਂ ਰਹਿੰਦਾ ਇਕੱਲਾ,
मैं कई बार जिदा मैं तुम दसिया भी पहला मेरे है फ्रेंड सर्कल तो उन्होंने पता भी मैं कला रहा मैं सब्जी सुब्जी मैं बिल्कुल नहीं बना है मैं तुम सीधी गल दसा मैं बहुत घट सब्जी जो काम से जाना हों ना वीकेंड तो मैं बिल्कुल नहीं बना क्योंकि वीकेंड के उ शनि एतवार मेरी सिस्टर रही इतने उन्होंने घर चल जाना या मेरा दोस्त है फ्रेंड है उन्होंने घर जिदा समोसे बने हो गए मैं उन्होंने घर खा पी लेना है या फिर बाहर खा लेना है इदा मतलब मेरा इदा सिस्टम है पर फैमिली का तो इदा फिर जो बच्चा है बच्चा दुध भी गर्म होना चाह भी कोई बननी फिर आया गया भी कोई रहा है मेरे घर कोई मतलब मेरे फ्रेंड सर्कल ही आते फिर जो वो आते फिर आप बहरों ही खाईदा मेरा इन्ना वो नहीं है वो अलग मैटर आ जाता ना फिर गैस का बिल सर्दियों में ज़्यादा आ जाता है सर्दियों में 400-300-400 यूरो चल जाता सर्दियों गैस का बिल क्योंकि गैस का बिल तो ज़्यादा आता है क्योंकि इतने घर सारा या सारा गैस सिस्टम आ गैस ना ही गर्म होना है पानी भी जरा गर्म आता सारे टैप के सारी टूटियों के गर्म पानी आना है तू अलग तो कोई चीज़ लवा की लड़ नहीं तो इतने भी जोड़ा मशीन भी चलनिया वह मशीन चलनिया है पानी भांडे जिन्ने बंदे ज़्यादा हो जाने उन्ने बंडे उन्ने जिन्ने बंदे ज़्यादा हो जाते उन्ना फिर खर्चा बधी जाता है पानी का बिल नहाना भी सारे ने ठीक है ना मैं एक बंदा मैं कला नहाना फिर उन्होंने पूरी फैमिली ने नहाना है सर्दियों गर्म पानी ने नहाना है फिर वो जिन्ना गैस चलूगी उन्ना गैस का बिल ज़्यादा आना तो दो दो महीने का बिल आता गैस का भी तो बिजली का दो महीने बाद बिल आता है तो मेरा आया है गैस का बिल 29 यूरो इस महीने वो मैं नाल ला दूंगा इतने सारी स्लिपा मैं नाल ला देनी है तो पानी का बिल इतने कई कई पिंड दो दो महीने का आता है कई पिंड 6-6 महीने का आता मेरे पिंड 6 महीने बाद आता है तो मेरा इस बार खैर 55 to 58 यूरो आया है तो देख लो मैं कला रहा तो जो फैमिली वाले उन्होंने फिर सारे ने पानी यूज़ करना जिन्ने भांडे फिर भांडे भी धोने उन्होंने बिल 200-250 यूरो चल जाता है ठीक है तो यह हूँ तीन रेंट हो गया रेंट भी हो गया पानी का बिल हो गया गैस का बिल हो गया तो बिजली का बिल हो गया यह सिर्फ तीन चीज़ा हुई हैं तो जो आप पानी एक गल होर इतने जो आप गैस का बिल बिजली का बिल जो पहली बार वो पहला ज़्यादा आता है क्योंकि 90 यूरो इतने पहली बार कॉन्ट्रैक्ट कर लगते हो वो बखरे आ ठीक है और जो तुम कटाने वापस नहीं मिलने है वो बिचो एक टाइम के एक बंदा भेज लो बंदे भेजन दे 90 यूरो आ जो मैं घर लिया 90 यूरो बिजली के गैस के पानी के अलग अलग लगते वो बिजली वो बिचे ही आता है तो जे तुसी बाकी जे तुसी बिजली का बिल घर मंगवा आ बाय चिट्ठी और अलग खर्चा है और 3.5 यूरो ने बखरा पाना मैं ईमेल से मंगवा हाँ तो मैं 3.5 यूरो 4 यूरो बखरे लगते नाले मैं जोड़ा बिल आ मैं नैट तो पे कर दिना अपने बैंक के साइट तो उतो 1.5 यूरो लगते हैं जे तुसी कोई भी बिल इतने मतलब कि इतने इटली के जे तुसी कोई भी बिल पे करना है उत्थे 2-2.5 यूरो बार लगते 2.5 यूरो लगते हैं हूँ तो जे तुसी नैट तो पे करते फिर 1-1.5 यूरो वो बखरा लगता है ठीक है बाकी असी गल करिए हेयर कटिंग की तो मैं लेयर कटिंग नहीं कराई क्योंकि सर्दियां आने वाली गर्मियों से छोटे छोटे रख ली दे सर्दियों फिर बड़े रखने पैने क्योंकि गिची तो ठंड लगती है तो इतने हम अभी बाहर आए हैं फिर बाहर पैसे बचाने पेंदे तो पता भी हरेक कुछ दिखना नाले इतने किन्ने दिखना बाल कटाए ना इंडिया जाके आप करनी होंगी है तो इतने भी इन्ना सिस्टम जहाँ नहीं है किन्ने देखना काम तो ही रहना सारा दिन वीकेंड से आप बाल बूल सैट सूट करने होंगे आ तो जाना होंगे घूमन वीकेंड से आप उदा जो बी बाल कटे कल बाल कटाने फिर 10 यूरो इदे दाढ़ी करवानी है ना 15-5 यूरो 15 यूरो लग 15 यूरो इतने बाल कटाने 15 यूरो आ तो जिदा जे तुम मतलब कि जगाड़ जगू ला लें किसी उदा मतलब कटाने वो तो बखरी गल घर कटने घर कट लो उदा किसी ने दिखना दुखना नहीं इतने नहीं देखते दुखते कोई भी फिर जो बाहर घूम जाना वो बखरी गल आ फिर तुम भावें 20 लाओ तो 25 लाओ 30 यूरो लाओ फिर बोंडिंग कराओ बाल भी रंगाओ वो बखरी चीज़ आ जाती है ना इतने मूवी हूँ फिर अभी गल करते मूवी की इतने मूवियाँ सारिया लगदी बॉलीवुड पंजाबी सारिया मूवी लगदी हैं इतने हूँ लग बहुत ज़्यादा मूवी लगन लग पी नॉर्मल इतने थिएटर के नॉर्मल मूवी लगन लग पी तो टिकट हैगी 13 यूरो 11-12-13 यूरो इदा मतलब होंगी रही डिपेंड तुम पता जिदा पठान ब्लॉक जिदा पठान भी लगी सी इतने गदर 2 भी लगी सी ठीक है गदर 2 अभी देख नहीं गए तो पठान भी लगी सी इतने हूँ मस्ताने भी लगनी है वो देख जानी असी तो ओरी जोड़े खर्चा 13 यूरो आ तो बेकी जे बाकी जे तुम कुछ खाण पीन लेना थिएटर के अंदर कोका पीना कोका वो कोका नहीं कोका पैपसी फेंटा वो पीना है तो वह खर्चा फिर अलग आ क्योंकि वो तुम्हें पता उन्होंने बाहरले मार्केट तो रेट तो ज़्यादा देना क्योंकि उन्होंने तो उ कमाई है ना तो वह बखरा आ पॉपकॉर्न बखरे वो तुम्हें पता टिकट तो भी ज़्यादा मतलब लग जाने 25-30 यूरो एक बंदे के बखरे है ना तो हो गया उस तो बाद असी आ गए सॉरी घर के फिर नैट की गल आ गई है ना पहला घर के नैट की गल करा मोबाइल प्लैन बारे भी दसूँगा तुम्हें मैं घर का नैट जरा मैं लवाया हो
ਉਹ ਪਹਿਲਾਂ ਮੈਂ ਲਵਾਇਆ ਸੀ ਇੱਥੇ ਦੀ ਜਿਹੜੀ ਕੰਪਨੀ ਹੈਗੀ ਪ੍ਰਾਈਵੇਟ ਕੰਪਨੀ ਉਹਨਾਂ ਲਵਾਇਆ ਸੀਗਾ ਉਹ 25-30 ਯੂਰੋ ਦਿੰਦੇ ਪਾਉਂਦੇ ਸੀ ਮੈਨੂੰ ਪਰ ਮੈਂ ਹੁਣ ਸਰਕਾਰੀ ਲਵਾਇਆ ਆ ਜਿੱਦਾਂ ਆਪਣਾ BSNL ਆ ਉੱਥੇ ਡਾਕਖਾਨਾ ਉਹਨਾਂ ਦਾ ਆਪਣਾ ਆਪਣਾ ਨੈੱਟ ਹੈਗਾ ਆ ਅਤੇ ਉਹਦਾ ਮੇਰਾ 2 ਮਹੀਨੇ ਦਾ ਬਿੱਲ ਆਉਂਦਾ 42 ਯੂਰੋ ਠੀਕ ਆ ਅਤੇ 1.5 ਯੂਰੋ ਨੂੰ ਪੇ ਕਰਨ ਦੇ ਲੱਗਦੇ ਹੈਗੇ ਅਤੇ ਉਹ ਇੱਥੇ ਵਾਈਫਾਈ 6 ਚੱਲਣ ਡਿਆ ਹੁਣ ਅੱਜ ਦੇ ਟਾਈਮ 'ਚ ਅਤੇ ਉਹਦੀ ਮੈਂ ਸਪੀਡ ਵੀ ਜਿਹੜੀ ਮੈਂ ਉਹ ਪਾ ਦੂੰਗਾ ਕਿੰਨੀ ਸਪੀਡ ਆਉਂਦੀ ਹੈ ਨਾ ਉਹ ਵੀ ਮੈਂ ਤੁਹਾਨੂੰ ਇੱਕ ਉਹਦੇ ਵਿੱਚ ਕਰਕੇ ਨਾ ਘਰ ਜਾ ਕੇ ਮੈਂ ਪਾ ਦੂੰਗਾ ਹੁਣ ਮੈਂ ਇੱਥੇ ਆਇਆ ਹੋਇਆ ਨਾ ਆਹ ਮੈਂ ਹੁਣ ਘਰ ਆ ਗਿਆ ਹੁਣ ਮੈਂ ਤੁਹਾਨੂੰ ਘਰ ਦੀ ਨੈੱਟ ਦੀ ਸਪੀਡ ਆ ਤੁਸੀਂ ਦੇਖ ਸਕਦੇ ਆ 4 ਆਹ ਚੱਲਣ ਡਿਆ ਆ 5-4 ਵਾਈਫਾਈ 6 ਚੱਲਣ ਡਿਆ ਆ ਅਤੇ ਆਹ ਹੁਣ ਮੈਂ ਵਾਈਫਾਈ 6 ਚੱਲਦਾ ਪਿਆ ਹੁਣ ਮੈਂ ਤੁਹਾਨੂੰ ਇੱਥੇ ਘਰ ਦੀ ਨੈੱਟ ਦੀ ਸਪੀਡ ਚੈੱਕ ਕਰਕੇ ਦਿਖਾਉਂਦਾ ਸਪੀਡ ਟੈਸਟ ਠੀਕ ਆ ਕੰਟੀਨਿਊ ਵਿਦ ਵੈੱਬ ਅਸੈਪਟ ਕੰਟੀਨਿਊ ਵਿਦ ਵੈੱਬ ਪੋਲਿਸੀ ਓਕੇ ਗੋ ਦੇਖੋ ਅਤੇ ਬਾਕੀ ਹੁਣ ਫਿਰ ਬਾਕੀ ਕਰਾਂਗੇ ਮੋਬਾਈਲ ਦੇ ਪਲੈਨ ਦੀ ਗੱਲ ਮੋਬਾਈਲ ਪਲੈਨ ਜਿਹੜਾ ਹੈਗਾ 10 ਯੂਰੋ ਦਾ ਮੇਰਾ ਵੋਡਾਫੋਨ ਦਾ ਸੇਮ ਆ ਅਤੇ 10 ਯੂਰੋ ਮਹੀਨੇ ਦਾ ਹੈਗਾ ਇੱਥੇ ਇੰਡੀਆ ਵਾਂਗੂ ਨਹੀਂ ਹੈਗਾ ਵੀ ਇੱਕ ਦਿਨ ਦਾ ਤੁਸੀਂ 2 GB ਯੂਜ਼ ਕਰਨਾ ਜਾਂ 1 GB ਯੂਜ਼ ਕਰਨਾ ਇੱਥੇ ਜਿਹੜਾ ਸਿਸਟਮ ਹੈਗਾ ਮੋਬਾਈਲ ਪਲੈਨ ਇੱਥੇ ਮੋਬਾਈਲ ਪਲੈਨ ਦਾ ਸਿਸਟਮ ਹੈਗਾ ਉਹ ਹੈਗਾ ਆ 10 ਯੂਰੋ ਦੇ ਵਿੱਚ ਮੈਨੂੰ ਮਿਲਦਾ 100 GB ਪਰ ਮੇਰਾ ਖਤਮ ਨਹੀਂ ਹੁੰਦਾ ਕੋਈ ਘਰ ਵਾਈਫਾਈ ਲੱਗਾ ਆ 100 GB ਆ ਵਾਈਫਾਈ ਦਾ ਉਹ ਸੋਰੀ ਨੈੱਟ ਦਾ ਘਰ ਮੋਬਾਈਲ ਪਲੈਨ ਮੇਰਾ ਇੱਥੇ 5G ਚੱਲਦਾ ਆ ਅਤੇ 5G ਚੱਲਦਾ ਵੋਡਾਫੋਨ ਦਾ ਆ ਮੇਰਾ ਅਤੇ ਉਹਦੀ ਵੀ ਉਹ ਸੀ ਨੋਰਮਲ ਬਾਹਰ ਤਾਂ ਆਪਾਂ ਤੁਹਾਨੂੰ ਪਤਾ ਕਿੰਨਾ ਕੁ ਫੋਨ ਯੂਜ਼ ਕਰਨਾ ਹੁੰਦਾ ਆ ਕੰਮ 'ਤੇ ਹੀ ਰਹੀਦਾ ਆ ਸਪੈਸ਼ਲ ਅਤੇ ਮਾੜਾ ਮੋਟਾ ਮੈਸੇਜ ਮੂਸੇਜ ਕਰਨੇ ਅੱਜ ਕੱਲ੍ਹ ਲੋਕ ਵਟਸਐਪ ਯੂਜ਼ ਕਰਦੇ ਆ ਅਤੇ ਇੰਡੀਆ ਫੋਨ ਇੰਡੀਆ ਕੋਲਿੰਗ ਤੋਂ 300 ਮਿੰਟ ਮਿਲਦੇ ਆ ਬਾਕੀ ਯੂਰਪ 'ਚ ਜਿੱਥੇ ਮਰਜ਼ੀ ਫੋਨ ਕਰੋ ਕੋਈ ਟੈਨਸ਼ਨ ਨਹੀਂ ਹੈਗੀ ਫਰੀ ਆ ਸਭ ਕੁਛ ਇੱਥੇ ਲੇਕਿਨ ਅੱਜ ਕੱਲ੍ਹ ਕੌਣ ਇੱਥੇ ਫੋਨ ਯੂਜ਼ ਕਰਦਾ ਸਿੱਧਾ ਹੀ ਵਟਸਐਪ 'ਤੇ ਫੋਨ ਕਰਦੇ ਲੋਕ ਵਟਸਐਪ 'ਤੇ ਮੈਸੇਜ ਕਰਦੇ ਵਟਸਐਪ 'ਤੇ ਕੋਈ ਕੋਈ ਪੁੱਛਣਾ ਹੁੰਦਾ ਨਾ ਫਰੀ ਆ ਫਿਰ ਉੱਥੇ ਹੀ ਵਟਸਐਪ 'ਤੇ ਮੈਸੇਜ ਕਰਦੇ ਆ ਉਹ ਹੋ ਗਿਆ 300 ਅਤੇ ਰੋਮਿੰਗ ਰੂਮਿੰਗ ਦੇ ਵੱਖਰੇ ਪੈਂਦੇ ਜੇ ਸਵਿਟਜ਼ਰਲੈਂਡ ਜਾਣਾ ਆ ਉਹਦੇ ਵੱਖਰੇ ਆ ਸਿਸਟਮ 7-8 ਯੂਰੋ ਲੱਗ ਜਾਂਦੇ ਆ ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਬਾਹਰ ਖਾਣ ਪੀਣ ਦੀ ਗੱਲ ਕਰਾਂਗੇ ਨਾ ਵੀ ਜਦੋਂ ਬਾਹਰ ਆਪਾਂ ਜਦੋਂ ਖਾਣਾ ਪੀਣਾ ਜਿਹੜਾ ਤੁਸੀਂ ਇੰਡੀਅਨ ਦੁਕਾਨ 'ਤੇ ਜਾਣਾ ਆ ਫਿਰ 20-25 ਯੂਰੋ ਇੱਕ ਬੰਦੇ ਦੇ ਪਰ ਪਲੇਟ ਤੁਸੀਂ ਸਿਸਟਮ ਲੱਗ ਚੱਲੋਗੇ ਵੀ ਉੱਥੇ ਤੁਸੀਂ ਜਿੰਨੇ ਵੈੱਜ ਖਾਣਾ ਉਹ ਵੈੱਜ ਦਾ ਫਿਰ ਸਿਸਟਮ ਅਲੱਗ ਆ ਪਲੇਟ 10-12 ਯੂਰੋ ਉਨਾ ਹੀ ਆ ਜਾਂਦਾ ਆ 20-25 ਯੂਰੋ ਲੱਗ ਚੱਲੋ ਇੱਕ ਬੰਦੇ ਦਾ ਜੇ ਫੈਮਲੀ ਜਾਣਾ 100-150 ਯੂਰੋ ਪੱਕੇ ਆ ਅਤੇ ਉਹ ਤੋਂ ਚੰਗਾ ਵੀ ਜੇ ਰੋਟੀ ਖਾਣੀ ਘਰੇ ਖਾ ਲਓ ਅਤੇ ਬਾਕੀ ਜੇ ਨੋਨ ਵੈੱਜ ਮੈਕਡੋਨਲਡ ਜਾਂਦੇ ਹਾਂ 10-12 ਯੂਰੋ ਦਾ ਮੈਕਡੋਨਲਡ ਮੀਨੂ ਹੈ ਜਿਹੜੇ ਵਿੱਚ ਕੋਕਾ ਫਰੈਂਚ ਫਰਾਈਜ਼ ਅਤੇ ਬਰਗਰ ਹੋਊਗਾ ਬੇਕਨ ਦਾ ਜਿਹੜਾ ਇੱਦਾਂ ਬਰਗਰ ਜਿਹੜਾ ਮੀਟ ਵਾਲਾ ਬਰਗਰ ਹੋਊਗਾ ਉਹ ਜੇ 10 ਯੂਰੋ ਦਾ ਆਉਂਦਾ ਹੈਗਾ ਆ 10-12 ਯੂਰੋ ਦਾ ਹੈਗਾ ਆ ਉਹ ਜੇ ਤੁਸੀਂ ਮੈਕਡੋਨਲਡ ਜਾਣਾ ਅਤੇ ਬਾਅਦ 'ਚੋਂ ਅਸੀਂ ਗੱਲ ਕਰਾਂਗੇ ਕਾਰ ਦੀ ਹੁਣ ਕਾਰ ਤਾਂ ਫਿਰ ਹੁਣ ਕਾਰ 'ਤੇ ਡਿਪੈਂਡ ਹੈਗਾ ਵੀ ਮੈਂ ਨੋਰਮਲ ਕਾਰ ਦੀ ਗੱਲ ਕਰਾਂਗੇ ਉੱਦਾਂ ਤਾਂ ਜੇ ਤੁਸੀਂ ਹੁਣ ਕਾਰ ਕਿਹੜੀ ਰੱਖਣੀ ਉਹ ਤੁਹਾਡੇ 'ਤੇ ਡਿਪੈਂਡ ਆ ਅਤੇ ਮੇਰੇ ਕੋਲ ਗੋਲਫ ਹੈਗੀ ਆ ਅਤੇ ਜੇ ਤੁਸੀਂ ਹੁਣ ਰੇਂਜ ਰੋਵਰ ਰੱਖਣੀ ਆ ਜਾਂ ਫਿਰ ਡਿਸਕਵਰੀ ਰੱਖਣੀ ਆ ਨਾ ਫਿਰ SUV ਰੱਖਣੀ ਉਹ ਡਿਪੈਂਡ ਕਰਦਾ ਤੁਹਾਡੇ 'ਤੇ ਆਪਣੇ ਕੋਲ ਚਲੋ ਰੇਂਜ ਰੋਵਰ ਵੀ ਹੈਗੀ ਆ ਅਤੇ ਗੋਲਫ ਦੀ ਮੈਂ ਗੱਲ ਕਰੂੰਗਾ ਜਿਹੜੀ ਮੇਰੇ ਤੋਂ ਹੈਗੀ ਆ ਉਹ ਜਿਹੜੀ ਗੋਲਫ ਹੈਗੀ ਮੇਰੇ ਕੋਲ ਗੋਲਫ ਪਲੱਸ ਆ ਅਤੇ ਸੈਕਿੰਡ ਹੈਂਡ ਲਈ ਸੀ ਮੈਂ ਅੱਜ ਤੋਂ 3-4 ਸਾਲ ਪਹਿਲਾਂ 2009 ਮਾਡਲ ਆ ਮੇਰੀ ਗੱਡੀ ਦਾ ਅਤੇ ਗੱਡੀ ਦਾ ਜਿਹੜਾ ਉਹ ਥੋੜ੍ਹੀ ਚੱਲੀ ਵੀ ਸੀਗੀ ਕਰੇ 70-80 ਹਜ਼ਾਰ ਚੱਲੀ ਵੀ ਸੀ ਗੱਡੀ ਅਤੇ ਉਹ ਨੋਰਮਲ ਗੱਡੀ ਆ ਪੈਟਰੋਲ 'ਤੇ ਆ ਮੇਰੀ ਗੱਡੀ ਅਤੇ ਇੱਥੇ ਹੁਣ ਪੈਟਰੋਲ ਡੀਜ਼ਲ ਦਾ ਕੋਈ ਸਿਸਟਮ ਨਹੀਂ ਹੈਗਾ ਸਾਰਾ ਕੁਛ ਸੇਮ ਹੀ ਆ ਇੱਥੇ ਤੁਸੀਂ ਪੈਟਰੋਲ ਲੈ ਲਓ ਇੱਥੇ ਭਾਵੇਂ ਪੈਟਰੋਲ ਲੈ ਲਓ ਡੀਜ਼ਲ ਲੈ ਲਓ ਸੇਮ ਹੀ ਰੇਟ ਆ ਇੱਥੇ ਹੁਣ ਕੋਈ ਫਰਕ ਨਹੀਂ ਹੈਗਾ ਪੈਟਰੋਲ ਦਾ ਪੈਟਰੋਲ ਵੀ 1.80 ਨੂੰ 90 ਨੂੰ ਜਾਣ ਡਿਆ ਆ ਅਤੇ ਡੀਜ਼ਲ ਵੀ 1.80-90 ਨੂੰ ਜਾਣ ਡਿਆ ਆ ਅਤੇ ਇੱਥੇ ਹੁਣ ਫਰਕ ਨਹੀਂ ਹੈਗਾ ਪੈਟਰੋਲ ਵਾਲੀ ਗੱਡੀ ਦਾ ਇਹ ਆ ਤੁਸੀਂ 20,000 'ਤੇ ਤੁਸੀਂ ਸਰਵਿਸ ਕਰਾਉਂਗੇ ਡੀਜ਼ਲ ਵਾਲੀ ਗੱਡੀ ਦਾ ਇੱਦਾਂ 10,000 'ਤੇ ਕਰਾਉਣੀ ਪੈਂਦੀ ਆ ਅਤੇ ਮੇਰੀ ਗੱਡੀ ਮੈਂ ਆਪਣੀ ਗੱਡੀ ਦੀ ਗੱਲ ਕਰੂੰਗਾ ਕਿਉਂਕਿ ਮੈਂ ਆਪਣੀ ਨੋਰਮਲ ਜਿਹੜੀ ਗੱਡੀਆਂ ਇੱਥੇ ਨੋਰਮਲ ਹੈਗੀਆਂ ਉਹ ਗੱਡੀ ਨਾਲ ਗੱਲ ਕਰੂੰਗਾ ਹੁਣ ਗੱਡੀ ਤੁਸੀਂ 2,000 ਦੀ ਵੀ ਲੈ ਸਕਦੇ 2,000 ਦੀ ਵੀ ਨੋਰਮਲ ਗੱਡੀ ਮਿਲ ਜਾਣੀ 2-1.5 ਲੱਖ ਚੱਲੀ ਆ ਹੁਣ ਜੇ BMW ਲੈਣੀ ਓਡੀ ਰੱਖਣੀ ਆ ਰੇਂਜ ਰੋਵਰ ਰੱਖਣੀ ਉਹਦਾ ਫਿਰ ਖਰਚੇ ਅਲੱਗ ਆ ਉਹਨਾਂ ਦੀ ਫਿਰ ਟੈਕਸ ਵੀ ਜ਼ਿਆਦਾ ਆ ਅਤੇ ਇੱਥੇ ਜੇ ਤੁਸੀਂ ਨੋਰਮਲ ਗੱਡੀ ਰੱਖਣੀ ਜਿੱਦਾਂ ਮੈਂ ਰੱਖੀ ਆ ਉਹ ਗੱਡੀ ਦਾ ਖਰਚਾ ਹੈਗਾ ਆ ਗੱਡੀ ਤੁਹਾਨੂੰ 7-8 ਹਜ਼ਾਰ 10 ਹਜ਼ਾਰ 5-10 ਹਜ਼ਾਰ ਦੀ ਗੱਡੀ ਤੁਹਾਨੂੰ ਮਿਲ ਜਾਣੀ ਆ ਯੂਰੋ ਦੀ 5-10 ਹਜ਼ਾਰ ਯੂਰੋ ਦੀ ਗੱਡੀ ਮਿਲ ਜਾਣੀ ਤੁਸੀਂ ਹੁਣ ਆਪ ਹੀ ਸਮਝ ਆ ਗਿਆ ਮੈਂ ਯੂਰੋ ਦੀ ਮੈਂ ਸਾਰੀ ਯੂਰੋ ਦੀ ਗੱਲ ਕਰ ਰਿਹਾ ਅਤੇ 7-8 ਹਜ਼ਾਰ 7-8 ਹਜ਼ਾਰ ਯੂਰੋ ਦੀ ਨੋਰਮਲ ਵਧੀਆ ਗੱਡੀ ਐਨ ਫਸਟ ਕਲਾਸ ਗੱਡੀ ਮਿਲ ਜਾਣੀ ਸੈਕਿੰਡ ਹੈਂਡ ਗੱਡੀ ਮਿਲ ਜਾਣੀ ਆ ਮੇਰੀ ਗੱਡੀ ਦਾ ਜਿੱਦਾਂ ਸਰਵਿਸ ਦੇ ਜੀ ਗੱਲ ਕਰੀਏ ਉਹ ਜਿਹੜੀ ਗੱਡੀ ਦੀ ਸਰਵਿਸ 170-190 ਯੂਰੋ ਦੇ ਵਿੱਚ ਹੁੰਦੀ ਆ ਕਦੋਂ ਫਿਲਟਰ ਵੀ ਇੱਕ ਵਾਰੀ ਫਿਲਟਰ ਪੈਂਦੇ ਇੱਕ ਵਾਰੀ ਨਹੀਂ ਪੈਂਦੇ ਹੈਗੇ ਇੱਕ ਵਾਰੀ
सर्विस वो मतलब कि एक बार फिल्टर पेंदे एक बार नहीं पेंदे है ना 170-180 यूरो पेंदे हैगी है। ठीक है, फिर दूजे नंबर पर गल करिए रीवर्स होने की, इतने गड्डी पास होंगी है हरेक 2 साल बाद 70-80 यूरो लगते हैं। ठीक है, उन्होंने तेजे चक्के चेक करने, जो ढे चक्या टायर टायर खाधे हुए फिर उन्होंने वो नहीं करने है, वो चक्के फिर तुम्हें पाने पैने और फिर बखरा हिसाब का वा। हूँ जे तुम टायर पाने और वीडियो पाई है किन्ने 17-18 हज़ार के टायर पेंदे दो, उही तो हिसाब ला लो, जो चक्के खाधे ब्रेकां ज्यादा मारियां या ब्रेकां बुकां टुट गई या कोई खर्चा और बखरा आ। फिर आप पोलो की गल करिए, इतने पोलो एक टैक्स टैक्स पैंता गड्डी सड़क से उतारन का, वो मेरी गड्डी का 170-180 यूरो आ। ठीक है, 200 यूरो लगभग 200 यूरो आ जाता, वो तो घर हरेक महीने हरेक साल तो चिट्ठी आनी है, जो तुम गड्डी ले नाम से चढ़ गई वो तो घर आनी है। ठीक है ना, वो 200 यूरो आ। फिर तुम गड्डी अपने नाम से जो करवानी हैगी 450 यूरो और भी आ, और जो तुम गड्डी किसी को नाम अपने नाम गड्डी किसी को लैनी है अपने नाम से करवानी है 400-500 यूरो गड्डी के नाम कराई का भी लगता है। हाँ जी, और नाम कराने का भी पैसे लगते गड्डी गड्डी के फिर जुर्माने भी आते क्योंकि इतने कैमरे लगे होंगे आ, वो हम डिपेंड करता है इतने 5% गड्डी के जी गड्डी की जी स्पीड माफ आ, जिदा तुम हम 70 से तुरे हाँ तो 5 से चल गए, बहुत बारी मैं 2-3 बारी जुर्माना आया आ, पर आया थोड़ा बहुत भगवान ना ही मतलब कि आवे जुर्माने ज़्यादा। तो जे तुम गड्डी गुड्डी जे तुम कैमरे ज़्यादा तेज लंघाती वो गड्डी का जुर्माना आ जाना, जे तुम मतलब तुम पुलिस वाले ने देख लिया रोक लिया वो जुर्माना आ जाना, लाइट कभी फ्यूज हो गई गड्डी की, कभी गड्डी का कोई लाइट जग जी, कभी कोई लाइट जग जाती, कभी कोई खर्चा टुट, कभी हूँ गड्डिया चल दिया सड़क पर कोई जी चीज़ सड़क पर तुरनी आ और फिर खर्चा भी थोड़ा बहुत होना ही है। तो बाकी ये चीज़ा है ना ਕੀ ਖਰਚਾ, ਬਾਕੀ ਤੁਸੀਂ ਪੈਟਰੋਲ ਜਿੰਨਾ ਪਾਉਂਗੇ ਉੱਨੀ ਗੱਡੀ ਚੱਲਣੀ ਹੈਗੀ ਆ, ਅਤੇ 50 ਯੂਰੋ ਪੈਟਰੋਲ ਲੱਗ ਜਾਂਦਾ ਆ ਜੇ ਕੰਮ 'ਤੇ ਲੈ ਕੇ ਜਾਣੀ ਬੱਸ 'ਤੇ ਮਾਰਕੀਟ ਜਾਣਾ, ਜੇ ਤੁਸੀਂ ਜਾਣਾ ਆ ਦੂਰ 200-300-400 ਕਿਲੋਮੀਟਰ 'ਤੇ ਉੱਥੇ ਟੋਲ ਪਲਾਜ਼ੇ ਦਾ ਖਰਚਾ, ਬਾਹਰ ਖਾਣ ਦਾ ਖਰਚਾ, ਅਤੇ ਜੇ ਤੁਸੀਂ ਘਰੋਂ ਪਰੌਂਠੀਆਂ ਬਣਾ ਕੇ ਲੈ ਕੇ ਜਾਣੀ ਉਹ ਵੱਖਰੀ ਗੱਲ ਆ, ਬਾਹਰ ਖਾਣਾ ਉਹਦਾ ਵੱਖਰਾ ਪੈਸਾ ਆ, ਅਤੇ ਬਾਹਰ ਤੁਸੀਂ ਟੋਲ ਪਲਾਜ਼ੇ ਦੇਣੇ ਆ, ਇੱਥੇ ਆਟੋ ਸਰਾਦੇ ਆ, ਜੇ ਤੁਸੀਂ ਨੋਰਮਲ ਰੋਡ 'ਤੇ ਜਾਂਦੇ ਆ ਵੀ ਤੁਹਾਡੀ ਗੱਡੀ ਖਰਾਬ ਹੁੰਦੀ ਆ, ਟੋਲ ਪਲਾਜ਼ੇ ਜਾਂਦੇ ਆ ਵੀ ਤੁਹਾਨੂੰ ਟੋਲ ਪਲਾਜ਼ੇ ਪੈਸੇ ਦੇਣੇ 2 ਕਿਲੋਮੀਟਰ ਦੇ 2 ਰੁਪਈਏ ਲੱਗਦੇ 2 ਯੂਰੋ ਲੱਗਦੇ ਆ, ਪਰ ਦੂਰ ਜਾਂਦੇ ਉਨਾ ਹੀ ਘੱਟਦਾ ਰਹਿੰਦਾ ਰੇਟ, ਪੂ ਕੇ ਤੁਸੀਂ ਲਾ ਲਓ 700-800 ਯੂਰੋ ਇੱਥੇ ਇੱਕ ਬੰਦੇ ਦਾ ਖਰਚਾ ਹੈਗਾ ਆ, ਜੇ ਜਿਹੜਾ ਇਕੱਲਾ ਰਹਿਣ ਡਿਆ 700-800 ਯੂਰੋ ਇਕੱਲੇ ਬੰਦੇ ਦਾ ਖਰਚਾ ਹੈਗਾ ਇੱਥੇ। ਅਤੇ ਫਿਰ ਤੁਹਾਨੂੰ ਪਤਾ ਇੱਥੇ ਫਿਰ ਕਮਾਉਣਾ ਯੂਰੋਆਂ 'ਚ, ਫਿਰ ਉਹਨਾਂ ਨੇ ਲੈਣਾ ਵੀ ਯੂਰੋਆਂ 'ਚ, ਇੰਡੀਆ ਵਾਂਗੂ ਨਹੀਂ ਹੈ, ਇੰਡੀਆ 'ਤੇ ਜਾ ਕੇ ਉੱਥੇ 90 ਬਣਦੇ, ਇੱਥੇ ਤਾਂ 1 ਰੁਪਈਆ, ਇੱਥੇ 1 ਰੁਪਈਆ ਹੀ ਰਹਿਣਾ ਆ, ਉੱਥੇ ਇੱਥੇ ਆ ਕੇ 1 ਦੇ 90 ਨਹੀਂ ਬਣਨੇ, ਇੱਥੇ $1 ਯੂਰੋਆਂ 'ਚ ਕਮਾਉਣਾ ਅਤੇ ਯੂਰੋਆਂ 'ਚ ਖਰਚਾ ਪੈਣਾ, ਡੋਲਰਾਂ 'ਚ ਕਮਾਇਆ ਤਾਂ ਡੋਲਰਾਂ 'ਚ ਖਰਚਣਾ ਪੈਣਾ ਆ। ਬਾਕੀ ਅਸੀਂ ਇੱਥੇ ਟਰਾਂਸਪੋਰਟ ਦੀ ਗੱਲ ਕਰੀਏ ਅਤੇ ਇੱਥੇ ਟੈਕਸੀ ਅਤੇ ਟੈਕਸੀ ਵੀ ਚੱਲਦੀ ਹੈਗੀ, ਪਰ ਟੈਕਸੀ ਬਹੁਤ ਮਹਿੰਗੀ ਇੱਥੇ। ਅਤੇ ਬੱਸ ਦੀ ਗੱਲ ਕਰੀਏ, ਉਹ ਵੀ ਮੈਂ ਟੈਕਸੀ ਦਾ ਪ੍ਰਾਈਜ਼ ਵੀ ਮੈਂ ਤੁਹਾਡੇ ਸਾਹਮਣੇ ਉਹ ਸਕਰੀਨ ਕੋਡ ਕਰਕੇ ਨਾ ਮੈਂ ਤੁਹਾਨੂੰ ਦਿਖਾ ਦੂੰਗਾ ਕਿੰਨੇ ਪ੍ਰਾਈਜ਼ ਆ ਇੱਥੇ ਕਿਲੋਮੀਟਰ ਦੇ ਹਿਸਾਬ ਨਾਲ ਨਾ। ਅਤੇ ਆਹ ਦੇਖੋ ਹੁਣ ਮੈਂ ਮਿਲਾਨ 'ਤੇ ਹੀ ਪਾਇਆ ਨਾ, ਦੇਖੋ ਤੁਸੀਂ 1 ਮਿੰਟ ਆਵੇ 2 ਨੋਰਮਲ, ਆਪਾਂ ਜੇ ਆਪਾਂ ਮਿਲਾਨ 'ਚ ਹੀ ਘੁੰਮਣਾ ਦੇਖੋ ਕਿੰਨਾ ਨਾ, ਦੁਆਮੋ ਤੋਂ ਆਪਾਂ ਇੱਧਰ ਨੂੰ ਪਾਸੇ ਘੁੰਮਣਾ ਦੇਖ ਲਓ 22 ਯੂਰੋ ਆ। ਠੀਕ ਆ ਨਾ, ਟੈਕਸੀ ਵੈਨ ਬਲੈਕ ਟੈਕਸੀ ਹੈ ਨਾ, ਡਿਪੈਂਡ ਕਰਦਾ ਆ ਤੁਸੀਂ ਕਿਹੜੀ ਗੱਡੀ ਕਰਦੇ ਆ, ਦੇਖੋ ਅਲੱਗ ਅਲੱਗ ਮਤਲਬ ਰੇਟ ਹੈਗੇ, 20-25 ਯੂਰੋ ਤੁਸੀਂ ਟੈਕਸੀ 'ਤੇ ਵੀ ਰੱਖੋ ਨਾ, ਇਹ ਵੀ ਚੱਕਰ ਹੈਗਾ ਇੱਥੇ, ਆਹ ਸਿਸਟਮ ਵੀ ਹੈਗਾ ਨਾ। ਓਕੇ, ਅਤੇ ਜੇ ਆਪਾਂ ਇੱਥੋਂ ਦੀ ਆਪਾਂ ਬੱਸ ਫੜੀਏ ਨੋਰਮਲ ਸ਼ਹਿਰ ਜਾਣ ਵਾਸਤੇ 3.5-4 ਯੂਰੋ ਦੀ ਟਿਕਟ ਜਾਣ ਦੀ ਆ, ਤੁਹਾਡੇ ਉਹੀ 6-7 ਯੂਰੋ ਟਰਾਂਸਪੋਰਟ ਦੇ ਬੱਸ ਦੇ ਹੈਗੇ। ਜੇ ਤੁਸੀਂ ਸਾਈਕਲ 'ਤੇ ਜਾਣਾ ਉਹ ਵੱਖਰੀ ਗੱਲ ਆ, ਸਾਈਕਲ 300-400 ਯੂਰੋ ਸਾਈਕਲ ਦਾ ਆ ਜਾਂਦਾ ਆ ਇੱਥੇ, ਨੋਰਮਲ ਸਾਈਕਲ ਵਧੀਆ ਸਾਈਕਲ 300-400 ਯੂਰੋ ਤੋਂ ਮਿਲ ਜਾਂਦਾ ਇੱਥੇ, ਜਿਹੜਾ ਵਧੀਆ ਆ ਅਤੇ ਜਿਹੜਾ ਹੁਣ ਥੋੜ੍ਹਾ ਬਹੁਤਾ ਮਜ਼ਬੂਤ ਹੈਗਾ ਆ ਵਧੀਆ ਹੈਗਾ, ਜਿਹੜਾ 300-400 ਯੂਰੋ ਦਾ ਸਾਈਕਲ ਮਿਲ ਜਾਂਦਾ ਇੱਥੇ। ਅਤੇ ਬਾਕੀ ਤੁਹਾਨੂੰ ਦੱਸ ਦਿੱਤਾ ਟੈਕਸੀ ਦਾ, ਮੈਂ ਤੁਹਾਨੂੰ ਦੱਸ ਦੂੰਗਾ ਇੱਥੇ, ਮੈਂਸ਼ਨ ਕਰ ਦੂੰਗਾ ਕਿੰਨਾ ਆ ਮਤਲਬ ਖਰਚਾ। ਅਤੇ ਬਾਕੀ ਜਿੰਨਾ ਉਹ ਗੱਡੀ ਹੈਗੀ ਆ ਇੱਥੇ, ਵੈਸੇ ਨਾ ਮੋਸਟਲੀ ਜ਼ਿਆਦਾਤਰ ਲੋਕਾਂ ਕੋਲ ਗੱਡੀ ਆਪਣੀ ਹੈਗੀ ਆ, ਜਿੰਨਾ ਕੋਲ ਨਹੀਂ ਗੱਡੀ ਹੈਗੀ ਉਹ ਫਿਰ ਕਿਸੇ ਨੂੰ ਕਹਿ ਦਿੰਦੇ ਆ ਸਮਾਨ ਸਮੂਨ ਨਾਲ ਲੈ ਕੇ ਜਾਣ ਨੂੰ, ਹੁਣ ਫਿਰ ਉਹ ਬਾਕੀ ਉਹ ਅਗਲੇ 'ਤੇ ਡਿਪੈਂਡ ਆ ਅਗਲਾ ਕਿੰਨਾ ਖਰਚਾ, ਜੇ ਤਾਂ ਕੋਈ ਇੱਦਾਂ ਹੁਣ ਇੱਥੇ ਫਰੈਂਡ ਸਰਕਲ ਜਿੱਦਾਂ ਹੈਗਾ ਆ ਉਹ ਫਿਰ ਨਾਲ ਚੱਲ ਜਾਂਦੇ ਆ, ਜਦੋਂ ਸਮਾਨ ਸਮੂਨ ਲੈਣ ਜਾਣਾ ਹੁੰਦਾ ਫਿਰ ਉਹ ਬੰਦੇ ਫੈਮਿਲੀ ਵਾਲੇ ਜਿੰਨਾ ਕੋਲ ਮੋਸਟਲੀ ਲਗਭਗ ਹੁਣ ਜਿੰਨਾ ਕੋਲ ਸਾਰਿਆਂ ਕੋਲ ਗੱਡੀਆਂ ਹੈਗੀਆਂ ਆ, ਜੇ ਜਿਹੜੇ ਨਵੇਂ ਆਉਂਦੇ ਹੈਗੇ ਆ ਉਹ ਫਿਰ ਰੈਸ਼ ਜਿੰਨਾ ਕਰਦੇ ਹੈਗੇ ਉਹ ਉਹਨਾਂ ਨੂੰ ਗੱਡੀ ਹੁੰਦੀ ਆ, ਯਾਰ ਦੋਸਤ ਮਿੱਤਰ ਮਿਲ ਜਾਂਦਾ ਆ ਉਹਨਾਂ ਨੇ, ਜਦੋਂ ਉਹਨੇ ਸ਼ੋਪਿੰਗ ਕਰਨ ਜਾਣਾ, ਇੱਦਾਂ ਚੱਲਦਾ ਆ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ। ਬਾਕੀ ਹੁਣ ਕਈ
ਫਿਰ ਜਿੱਦਾਂ ਕਈ ਪੈਸੇ ਵਾਲੇ ਵੀ ਹੁੰਦੇ ਆ ਵੀ ਸਾਨੂੰ ਮੈਨੂੰ 10 ਯੂਰੋ ਦੇ 20 ਯੂਰੋ ਉੱਦਾਂ ਦੇ ਵੀ ਹੈਗੇ ਆ, ਉਹ ਫਿਰ ਸਿਸਟਮ ਆ ਜਾਂਦਾ ਵੱਖਰੇ, ਬੰਦੇ ਤੋਂ ਬੰਦੇ, ਪਰਸਨ ਟੂ ਪਰਸਨ ਗੱਲ ਚੱਲ ਜਾਂਦੀ ਆ। ਅਤੇ ਬਾਕੀ ਇੱਥੇ ਕੂੜੇ ਦਾ ਬਿੱਲ ਵੀ ਆਉਂਦਾ ਆ, ਹਾਂਜੀ ਕੂੜੇ ਦਾ ਬਿੱਲ ਵੀ ਆਉਂਦਾ ਆ, ਜਿਹੜਾ ਮੇਰਾ ਇਸ ਸਾਲ ਉਹ ਸਾਲ ਦੇ ਸਾਲ ਆਉਂਦਾ ਆ, ਮੇਰਾ ਨਵੰਬਰ ਦੇ ਨਵੰਬਰ ਆਉਂਦਾ, ਕਿਉਂਕਿ ਮੈਂ ਨਵੰਬਰ 'ਚ ਰਹਿ ਰਿਹਾ ਤਾਂ ਆਇਆ ਜੀ, ਉੱਦਾਂ ਨੋਰਮਲ ਨਵੰਬਰ ਦਸੰਬਰ 'ਚ ਹੀ ਆਉਂਦਾ, ਕਿਉਂਕਿ ਸਾਲ ਨਵੰਬਰ ਦਸੰਬਰ ਦੇ ਲਾਗੇ ਛਾਗੇ ਕੂੜੇ ਦਾ ਬਿੱਲ ਪਾ ਦਿੰਦੇ ਆ। ਅਤੇ ਉਹ ਲਗਭਗ ਮੇਰਾ ਆਉਂਦਾ ਹੈਗਾ ਆ, ਮੇਰਾ ਰੈਜੀਡੈਂਸ ਦੇ ਵਿੱਚ ਮੇਰੀ ਮੰਮੀ ਆ ਇੱਥੇ, ਮੇਰੀ ਮੰਮੀ ਇੱਥੇ ਹੋ ਕੇ ਗਏ ਸੀਗੇ, ਅਤੇ ਮੈਂ ਹੈਗਾ, ਮੇਰੇ 2 ਜਣੇ ਆ। ਅਤੇ ਮੇਰੇ ਕੂੜੇ ਦਾ ਬਿੱਲ ਆਉਂਦਾ ਹੈਗਾ ਆ 110-115 ਯੂਰੋ ਆ ਜਾਂਦਾ, ਉਹ ਵੀ ਮੈਂ ਤੁਹਾਨੂੰ ਨਾਲ ਪਿਛਲੇ ਸਾਲ ਦੀ ਫੋਟੋ ਖਿੱਚ ਕੇ ਲਾ ਦੂੰਗਾ, ਮੈਨੂੰ ਚੇਤਾ ਨਹੀਂ ਹੈਗਾ ਕਿਉਂਕਿ ਸਾਲ ਪਹਿਲਾਂ ਨਵੰਬਰ ਦਾ ਆਇਆ, ਹੁਣ ਜੂਨ ਜੁਲਾਈ ਚੱਲਣੇ 6 ਮਹੀਨੇ ਹੋ ਗਏ ਆ। ਅਤੇ ਨਵੰਬਰ ਅਕਤੂਬਰ ਨਵੰਬਰ 'ਚ ਆਉਂਦਾ, ਹਰੇਕ ਮੂਨੇ ਦੇ ਹਰੇਕ ਪਿੰਡ ਦਾ ਆਪਣਾ ਹਿਸਾਬ ਤਾ ਵਾ, ਉਹ 6 ਮਹੀਨੇ ਦਾ ਪਾਉਣ, ਸਾਲ ਦਾ ਪਾਉਣ, ਵੱਖਰੇ ਉਹ ਉਹਨਾਂ ਦਾ ਇਹ ਸਿਸਟਮ ਇੱਦਾਂ ਆ। ਜੇ ਤਾਂ ਤੁਹਾਡਾ ਘਰ ਵੱਡਾ ਆ ਅਤੇ ਉਹਨਾਂ ਨੇ ਫਿਰ ਘਰ ਦੇ ਲੈਂਥ ਦੇ ਘਰ ਦਾ ਉਹ 'ਚ ਪਾ ਦੇਣਾ ਆ। ਅਤੇ ਜੇ ਤੁਹਾਡਾ ਘਰ ਦੇ ਵਿੱਚ ਰੈਜੀਡੈਂਸ ਜ਼ਿਆਦਾ ਮਤਲਬ ਬੰਦੇ ਜ਼ਿਆਦਾ, ਫਿਰ ਬੰਦੇ ਨੂੰ ਪਰਸਨ ਟੂ ਪਰਸਨ ਜ਼ਿਆਦਾ ਪਾ ਦਿੰਦੇ ਹੈਗੇ ਆ। ਅਤੇ ਬਾਕੀ ਬਸ ਆਹੀ ਸਿਸਟਮ ਆ। ਅਤੇ ਬਾਕੀ ਕੱਪੜੇ ਕੁਪੜੇ ਦੀ ਗੱਲ ਰਹੀ, ਉਹ ਤੁਹਾਡੇ ਡਿਪੈਂਡ ਆ, ਤੁਸੀਂ ਬ੍ਰੈਂਡਡ ਪਾਉਣੇ ਆ ਕਿ ਜਿੱਦਾਂ ਪਾਉਣੇ ਨੋਰਮਲ, ਇੱਥੇ ਮਾਰਕੀਟਾਂ ਵੀ ਲੱਗਦੀਆਂ ਨੋਰਮਲ, ਉੱਥੋਂ ਵੀ ਲੈ ਸਕਦੇ ਆ, ਉਹ ਫਿਰ ਡਿਪੈਂਡ, ਉਹ ਅਲੱਗ ਮੈਟਰ ਹੋ ਜਾਂਦਾ ਵੀ ਕਿਹੜੀ ਫੋਨ ਰੱਖਣੇ ਮਹਿੰਗੇ, ਉਹ ਫਿਰ ਵੱਖਰੀ ਆ। ਹੁਣ ਜਿੱਦਾਂ ਮੈਂ ਆਪਾਂ ਰੱਖਿਆ ਸੈਮਸੰਗ S22 ਅਲਟਰਾ ਰੱਖਿਆ ਆ, ਠੀਕ ਆ, ਅਤੇ ਕਈਆਂ ਨੇ ਆਈਫੋਨ 15 ਆ ਜਾਣਾ, ਉਹ ਵੀ ਲੈਣਾ ਆ, ਲੈਣੇ ਪੈਂਦੇ ਫਿਰ ਬਾਹਰ ਮਾੜਾ ਮੋਟਾ, ਫਿਰ ਜਦੋਂ ਕਮਾਇਆ ਵੀ ਸ਼ੌਂਕ ਵੀ ਪੂਰੇ ਕਰਨੇ ਪੈਂਦੇ ਆ, ਉਹ ਅਲੱਗ ਚੀਜ਼ਾਂ ਮੈਟਰ ਹੋ ਜਾਂਦੀਆਂ, ਉਹ ਤੁਹਾਡੇ 'ਤੇ ਡਿਪੈਂਡ ਆ। ਉਹ ਵੀ ਮੈਂ ਵੀਡੀਓ ਬਣਾਈ ਹੋਈ ਆ, ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ 'ਤੇ ਪਾ ਦੂੰਗਾ, ਕਿੰਨੇ ਦਾ ਆਈਫੋਨ ਲੱਗਦਾ ਆ, ਠੀਕ ਆ ਨਾ। ਉਹ ਪੁਰਾਣੀ ਵੀਡੀਓ ਆ, ਆਪਾਂ ਲੇਟੈਸਟ ਵੀ ਜਦੋਂ ਆਈਫੋਨ ਆਊਗਾ ਉਹ ਵੀ ਵੀਡੀਓ ਪਾਵਾਂਗੇ, ਠੀਕ ਆ। ਅਤੇ ਚਲੋ ਠੀਕ ਆ ਜੀ, ਬਸ ਇੰਨਾ ਹੀ ਆ, ਥੋੜ੍ਹੀ ਆ ਵੀਡੀਓ, ਇਨਫੋਰਮੇਟਿਵ ਆ। ਜੇ ਬੜੀ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ, ਤਾਂ ਕਮੈਂਟ ਕਰਕੇ ਜਾਇਓ, ਅਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ। ਇੱਦਾਂ ਹੀ ਆਪਣੀ ਅਗਲੀ ਵੀਡੀਓ ਆਉਣੀ ਹੈਗੀ ਇਨਫੋਰਮੇਟਿਵ, ਅਤੇ ਆਪਾਂ ਹੁਣ ਥੋੜ੍ਹਾ ਘੁੰਮਣ ਘਾਮਣ ਵੀ ਜਾਣਾ, ਉਹਦੀ ਵੀਡੀਓ ਪਾਵਾਂਗੇ। ਅਤੇ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ, ਤਾਂ ਕਮੈਂਟ ਕਰਕੇ ਦੱਸਿਓ, ਜੇ ਕੋਈ ਕਮੀ ਪੇਸ਼ੀ ਰਹਿ ਗਈ ਆ ਵੀਡੀਓ 'ਚ ਉਹ ਵੀ ਦੱਸ ਦਿਓ, ਜੇ ਕੋਈ ਪੁੱਛਣਾ ਇਟਲੀ ਬਾਰੇ ਤਾਂ ਉਹ ਵੀ ਦੱਸ ਦਿਓ ਕਮੈਂਟ ਕਰਕੇ, ਅਸੀਂ ਜਿੰਨਾ ਤੋਂ ਜਿੰਨਾ ਵੱਧ ਤੋਂ ਵੱਧ ਰਿਪਲਾਈ ਕਰ ਸਕਦੇ ਉਨਾ ਕਰਾਂਗੇ। ਚਲੋ ਠੀਕ ਆ, ਮਿਲਦੇ ਨੈਕਸਟ ਵੀਡੀਓ, ਟਿਲ ਦੈਨ ਬਾਏ, ਟੇਕ ਕੇਅਰ।